ਵਿਸ਼ੇਸ਼ ਰਿਪੋਰਟ ਦੇਖ ਰਹੇ ਹੋ ਤੁਸੀਂ ਔਰ ਸਭ ਤੋਂ ਵੱਡੀ ਗੱਲ ਇਸ ਵਕਤ ਜਿਹੜੀ ਕੀਤੀ ਜਾਣੀ ਬਣਦੀ ਹੈ ਉਹ ਇਹ ਹੈ ਕਿ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਪੰਜਾਬ ਪੁਲਿਸ ਦੀ ਲਿਸਟ ਦੇ ਵਿੱਚ ਮੋਸਟ ਵਾਂਟਡ ਗੈਂਗਸਟਰਾਂ ਦੇ ਵਿੱਚੋਂ ਇੱਕ ਸੀ ਵਿੱਕੀ ਗੌਂਡਰ। ਪੰਜਾਬ ਅਤੇ ਰਾਜਸਥਾਨ ਦੀ ਸਰਹੱਦ 'ਤੇ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਵਿੱਕੀ ਗੌਂਡਰ ਅਤੇ ਉਸਦਾ ਇੱਕ ਸਾਥੀ ਪ੍ਰੇਮਾ ਲਾਹੌਰੀਆ ਮਾਰਿਆ ਗਿਆ। ਕੁਛ ਸਮਾਂ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਪੋਸਟਰ ਜਾਰੀ ਕਰਕੇ ਇਹਨਾਂ ਨੂੰ ਮੋਸਟ ਵਾਂਟਡ ਗੈਂਗਸਟਰਾਂ ਦੀ ਸੂਚੀ ਵਿੱਚ ਪਾਇਆ ਸੀ। ਤੁਸੀਂ ਪੋਸਟਰ ਦੇਖ ਸਕਦੇ ਹੋ, ਵਿੱਕੀ ਗੌਂਡਰ ਦੀ ਤਸਵੀਰ ਪੋਸਟਰ ਦੇ ਵਿੱਚ ਨੰਬਰ 1 'ਤੇ ਸੀ। ਵੱਖ ਵੱਖ ਸਮਿਆਂ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਪੋਸਟਰ ਜਾਰੀ ਕੀਤੇ ਸੀ। ਇਹ ਤਸਵੀਰ ਕੁਛ ਸਮਾਂ ਪਹਿਲਾਂ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਪੋਸਟਰ ਦੀ ਹੈ। ਵਿੱਕੀ ਗੌਂਡਰ ਦੀ ਤਸਵੀਰ ਔਰ ਪ੍ਰੇਮਾ ਲਾਹੌਰੀਆ ਦੀ ਤਸਵੀਰ ਵੀ ਇਸੇ ਪੋਸਟਰ ਦੇ ਵਿੱਚ ਹੈ। ਸੋ ਦੋਵੇਂ ਮੋਸਟ ਵਾਂਟਡ ਗੈਂਗਸਟਰਾਂ ਦੀ ਸੂਚੀ ਦੇ ਵਿੱਚ ਸੀ। ਪੰਜਾਬ ਅਤੇ ਰਾਜਸਥਾਨ ਬਾਰਡਰ 'ਤੇ ਹਿੰਦੂ ਕੋਟਮਲ ਇਲਾਕੇ ਦੇ ਵਿੱਚ ਪੁਲਿਸ ਦਾ ਮੁਕਾਬਲਾ ਇਹਨਾਂ ਗੈਂਗਸਟਰਸ ਦੇ ਨਾਲ ਹੋਇਆ ਸੀ ਔਰ ਦੱਸਿਆ ਜਾਂਦਾ ਹੈ ਕਿ ਇਹਨਾਂ ਦਾ ਇੱਕ ਸਾਥੀ ਜਿਸ ਦਾ ਨਾਮ ਹਜੇ ਪਤਾ ਨਹੀਂ ਲੱਗਿਆ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ, ਜਿਸ ਤੋਂ ਬਾਅਦ ਉਸਨੂੰ ਵੀ ਨੇੜੇ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ। ਕੁਝ ਸਮਾਂ ਪਹਿਲਾਂ ਇਹ ਘਟਨਾ ਵਾਪਰੀ ਹੈ ਔਰ AIG ਪੰਜਾਬ ਦੀ ਪੁਲਿਸ ਦੇ ਨੇ ਜਿਹੜੇ AIG ਉਹਨਾਂ ਦਾ ਪੂਰਾ ਨਾਮ ਹੈ AIG ਇੰਟੈਲੀਜੈਂਸ ਗੁਰਮੀਤ ਚੌਹਾਨ ਅਤੇ ਇੱਕ ਇੰਸਪੈਕਟਰ ਨੇ ਬਿਕਰਮਜੀਤ ਸਿੰਘ ਬਰਾੜ। ਦੱਸਿਆ ਜਾ ਰਿਹਾ ਕਿ ਬਿਕਰਮਜੀਤ ਸਿੰਘ ਬਰਾੜ ਪਟਿਆਲਾ ਦੇ CIA ਸਟਾਫ ਨਾਲ ਸੰਬੰਧਿਤ ਨੇ, ਪੰਜਾਬ ਪੁਲਿਸ ਦੇ ਇੰਸਪੈਕਟਰ। ਇਹਨਾਂ ਦੋਹਾਂ ਨੇ ਮੁਕਾਬਲੇ ਦੇ ਵਿੱਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਮਾਰ ਮੁਕਾਇਆ। ਉੱਧਰ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਵੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਉਹਨਾਂ ਦੇ ਛਾਤੀ ਅਤੇ ਢਿੱਡ ਦੇ ਵਿੱਚ ਜਿਹੜੇ ਜ਼ਖਮੀ ਹੋਣ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਹੈ। ਸੋ ਪ੍ਰਕਾਸ਼ ਸਿੰਘ ਬਾਦਲ ਦੇ ਇਲਾਕਿਆਂ ਦੇ ਨਾਲ ਸੰਬੰਧ ਰੱਖਦਾ ਸੀ ਹਰਜਿੰਦਰ ਸਿੰਘ। ਹਰਜਿੰਦਰ ਸਿੰਘ ਭੁੱਲਰ ਲਗਭਗ 27-28 ਸਾਲ ਦੀ ਉਮਰ ਇਸਦੀ ਦੱਸੀ ਜਾਂਦੀ ਹੈ ਔਰ ਇਹ ਜਿਹੜਾ ਕਿ ਵਿੱਕੀ ਗੌਂਡਰ ਦੇ ਨਾਂ ਤੋਂ ਮਸ਼ਹੂਰ ਸੀ ਇਸ ਵਕਤ ਪੁਲਿਸ ਦੇ ਰਡਾਰ ਦੇ ਉੱਤੇ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਇਹਨਾਂ ਨੇ ਟੈਲੀਫੋਨ ਕਾਲ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਦੀ ਪੁਲਿਸ ਨੇ ਉਸ ਟੈਲੀਫੋਨ ਕਾਲ ਨੂੰ ਇੰਟਰਸੈਪਟ ਕੀਤਾ, ਕ੍ਰੈਕ ਕੀਤਾ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕਿਵੇਂ ਗੈਂਗਸਟਰ ਹਜੇ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੰਪਰਕ ਬਣਾ ਰਹੇ ਨੇ। ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਅਤੇ ਉਹ ਭੇਜੀ ਗਈ ਕਿਉਂਕਿ ਜਿਹੜੀ ਟੈਲੀਫੋਨ ਦੀ ਕਾਲ ਸੀ ਉਸ ਤੋਂ ਪੁਲਿਸ ਨੂੰ ਲੋਕੇਸ਼ਨ ਮਿਲੀ ਸੀ ਵਿੱਕੀ ਗੌਂਡਰ ਦੀ ਔਰ ਪੰਜਾਬ ਅਤੇ ਰਾਜਸਥਾਨ ਦੇ ਬਾਰਡਰ 'ਤੇ ਹਿੰਦੂ ਕੋਟਮਲ ਇਲਾਕੇ ਦੇ ਵਿੱਚ ਮੁਕਾਬਲਾ ਹੋਇਆ ਜਿੱਥੇ ਵਿੱਕੀ ਗੌਂਡਰ ਅਤੇ ਉਸਦਾ ਸਾਥੀ ਪ੍ਰੇਮਾ ਲਾਹੌਰੀਆ ਮਾਰੇ ਗਏ ਨੇ। ਸੀਨੀਅਰ ਪੱਤਰਕਾਰ ਵਿਜੇ ਮੌਰੀਆ ਤੁਰੰਤ ਟਿੱਪਣੀ 'ਤੇ ਮੇਰੇ ਨਾਲ ਮੌਜੂਦ ਨੇ। ਅਮਰਾ ਸਾਹਿਬ ਕਿਵੇਂ ਦੇਖੋਗੇ, ਕੈਪਟਨ ਅਮਰਿੰਦਰ ਸਿੰਘ ਦਾ ਕੀ ਰਿਐਕਸ਼ਨ ਆਇਆ? ਡੱਲਾ ਸਾਹਿਬ, ਵਿੱਕੀ ਗੌਂਡਰ ਲੰਬੇ ਸਮੇਂ ਤੋਂ ਪੁਲਿਸ ਦੀ ਤਲਾਸ਼ 'ਚ ਸੀਗਾ। ਪੁਲਿਸ ਉਹਦੇ ਲਈ ਕਈ ਰੇਡਸ ਕਰ ਚੁੱਕੀ ਸੀ, ਪੰਜਾਬ ਤੋਂ ਲੈ ਕੇ UP ਤੱਕ ਵੀ ਪੁਲਿਸ ਗਈ ਸੀਗੀ, ਲੇਕਿਨ ਉਸ ਟਾਈਮ ਉਹਨਾਂ ਦੇ ਖਾਲੀ ਹੱਥ ਰਹੇ। ਲੇਕਿਨ ਹੁਣ ਉਹਨਾਂ ਨੂੰ ਕੱਲ੍ਹ ਗੁਪਤ ਸੂਚਨਾ ਮਿਲੀ ਜਿਹਦੇ ਕਾਰਨ ਅੱਜ ਸ਼ੁੱਕਰਵਾਰ ਨੂੰ ਉਹਨੂੰ ਪੰਜਾਬ ਅਤੇ ਰਾਜਸਥਾਨ ਦੇ ਬਾਰਡਰ ਦੇ ਕੋਲ ਉਹਨੂੰ ਪਕੜਿਆ ਗਿਆ ਔਰ ਉੱਥੇ AIG ਗੁਰਮੀਤ ਚੌਹਾਨ ਅਤੇ ਇੰਸਪੈਕਟਰ ਵਿਕਰਮ ਬਰਾੜ ਹੋਣਾ ਨੇ ਟੀਮ ਨੇ ਘੇਰਾਬੰਦੀ ਕਰਕੇ ਗੌਂਡਰ ਨੂੰ ਔਰ ਉਹਦੇ ਇੱਕ ਸਾਥੀ ਹੋਰ ਪ੍ਰੇਮਾ ਸਿੰਘ ਲਾਹੌਰੀਆ ਨੂੰ ਉਹਨਾਂ ਗੋਲੀਆਂ ਨਾਲ ਉਹਨੂੰ ਛੱਲੀ ਕੀਤਾ ਗਿਆ। ਉਹਨਾਂ ਨੇ ਜਵਾਬੀ ਕਾਰਵਾਈ ਗੌਂਡਰ ਥਾਣੇ ਵਿੱਚ ਚਲਾਈ ਹੈ, ਜਿਹਦੇ 'ਚ ਦੋ ਪੁਲਿਸ ਮੁਲਾਜ਼ਮ ਵੀ ਘਾਇਲ ਹੋਏ ਨੇ। ਲੇਕਿਨ ਪੁਲਿਸ ਨੇ ਆਪਣੀ ਸ਼ਾਨਦਾਰ ਬਹਾਦਰੀ ਦਿਖਾਉਂਦੇ ਹੋਏ ਗੌਂਡਰ ਅਤੇ ਉਹਦੇ ਸਾਥੀ ਦਾ ਕਤਲ ਕੀਤਾ। ਬਿਲਕੁਲ, ਇਹਨਾਂ 'ਤੇ ਇਨਾਮ ਵੀ ਸੀ। ਕੈਪਟਨ ਅਮਰਿੰਦਰ ਦਾ ਰਿਐਕਸ਼ਨ ਕੀ ਹੈ? ਕੈਪਟਨ ਸਾਹਿਬ ਨੇ ਇਸ ਚੀਜ਼ ਨੂੰ ਬਹੁਤ ਹੀ ਵਧੀਆ ਇੱਕ ਸਾਈਨ ਦਿੱਤਾ ਔਰ ਆਪਣੀ ਪੂਰੀ ਟੀਮ ਪੰਜਾਬ ਪੁਲਿਸ DGP ਸੁਰੇਸ਼ ਅਰੋੜਾ, AIG ਦਿਨਕਰ ਗੁਪਤਾ ਅਤੇ ਜਿਹੜੇ AIG ਇਸ ਟੀਮ ਨੂੰ ਲੀਡ ਕਰ ਰਹੇ ਸੀ ਗੁਰਮੀਤ ਚੌਹਾਨ ਜੀ ਅਤੇ ਵਿਕਰਮ ਇੰਸਪੈਕਟਰ ਬਰਾੜ ਜੀ, ਉਹਨਾਂ ਦੀ ਬੜੀ ਪੂਰੀ ਟੀਮ ਦੀ ਬੜੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਬਹੁਤ ਹੀ ਸਾਹਸਿਕ ਕਦਮ ਨਾਲ ਉਹਨਾਂ ਦੀ
ਹੌਸਲਾ ਅਫਜ਼ਾਈ ਕੀਤੀ ਹੈ ਔਰ ਕਿਹਾ ਕਿ ਇਸ ਟੀਮ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਪੁਲਿਸ ਨੇ ਇਹ ਵਧੀਆ ਅੰਜਾਮ ਦਿੱਤਾ ਵਾ, ਉਸ ਨੂੰ ਲੈ ਕੇ ਪੁਲਿਸ ਦੀ ਪ੍ਰਮੋਸ਼ਨਾਂ ਵੀ ਹੋਣਗੀਆਂ, ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜੀ। ਮਹਾਰਾਜ ਸਾਹਿਬ, ਕੋਈ ਹੋਰ ਜਾਣਕਾਰੀ ਪੁਲਿਸ ਕੋਈ ਪ੍ਰੈਸ ਕਾਨਫਰੰਸ ਇਸ ਮਾਮਲੇ 'ਚ ਕਰ ਰਹੀ ਹੋਵੇ, ਕਿਉਂਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਇਹ ਘਟਨਾ ਹੈ ਜੀ ਸਾਹਮਣੇ ਆਈ ਹੈ ਜੀ। ਡੱਲਾ ਸਾਹਿਬ, ਪੰਜਾਬ ਪੁਲਿਸ ਦੇ ਜਿਹੜੇ DGP ਸੁਰੇਸ਼ ਅਰੋੜਾ ਜੀ ਨੇ, ਉਹ ਕੱਲ੍ਹ ਹੋ ਸਕਦਾ ਕੱਲ੍ਹ ਦੁਪਹਿਰ ਤੱਕ ਇਸ ਮਾਮਲੇ ਨੂੰ ਸਾਰੇ ਕੇਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਕਰਨਗੇ ਔਰ ਉਹ ਪੁਲਿਸ ਦੀ ਜਿਹੜੀ ਇਸ ਕਾਮਯਾਬੀ ਨੂੰ ਆਮ ਲੋਕਾਂ ਤੱਕ ਦੱਸਣਗੇ ਕਿਸ ਤਰ੍ਹਾਂ ਇਸ ਪ੍ਰਕਰਨ ਨੂੰ ਉਹਨਾਂ ਨੇ ਗੌਂਡਰ ਅਤੇ ਉਹਦੇ ਸਾਥੀਆਂ ਨੂੰ ਮਾਰ ਕੇ ਪੰਜਾਬ ਦੇ ਵਿੱਚ ਜਿਹੜੇ ਅਪਰਾਧ ਦੀ ਇੱਕ ਚੱਲ ਰਿਹਾ ਸੀ ਨੈਟਵਰਕ ਨੂੰ ਖਤਮ ਕੀਤਾ ਜੀ। ਚਲੋ ਫਿਲਹਾਲ ਅਸੀਂ ਇਜਾਜ਼ਤ ਲਵਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਹੀ ਤਾਜ਼ੀਆਂ ਤਸਵੀਰਾਂ ਇਸ ਪੂਰੇ ਮਾਮਲੇ ਦੇ ਵਿੱਚ ਭਾਵੇਂ ਜ਼ਖਮੀਆਂ ਦੀਆਂ ਮਿਲਣਗੀਆਂ ਤਾਂ ਤੁਰੰਤ ਅਸੀਂ ਇਸੇ ਚੈਨਲ ਦੇ ਉੱਤੇ ਉਹਨਾਂ ਤਸਵੀਰਾਂ ਦੇ ਨਾਲ ਵੀ ਹਾਜ਼ਰ ਹੋਵਾਂਗੇ, ਕਿਉਂਕਿ ਜਾਗਰੂਕ ਹੋਣਾ ਇਸ ਵਕਤ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਲਹਾਲ ਇੰਨਾ ਹੀ, ਫਿਰ ਮਿਲਾਂਗੇ ਵਿਸ਼ੇਸ਼ ਰਿਪੋਰਟ ਦੇ ਵਿੱਚ ਤਾਜ਼ੀਆਂ ਤਸਵੀਰਾਂ ਦੇ ਨਾਲ। ਧੰਨਵਾਦ।